ਕੈਂਡਲ ਮਾਰਚ 'ਚ ਹੱਸ ਰਹੇ ਸਨ ਨਵਜੋਤ ਸਿੰਘ ਸਿੱਧੂ, ਬਿਕਰਮ ਮਜੀਠੀਆ। ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਰੇਲ ਹਾਦਸੇ ਲਈ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਜ਼ਿੰਮੇਵਾਰ ਹਨ ਅਤੇ ਨਵਜੋਤ ਸਿੰਘ ਸਿੱਧੂ ਹਾਦਸੇ ਨੂੰ ਲੈ ਕੇ ਕਿੰਨੇ ਕੁ ਗੰਭੀਰ ਹਨ ਇਸ ਦਾ ਪਤਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਬੀਤੇ ਦਿਨ ਕੱਢੇ ਗਏ ਕੈਂਡਲ ਮਾਰਚ ਦੌਰਾਨ ਉਹ ਹੱਸ ਰਹੇ ਸਨ। ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਰਾਜਪਾਲ ਪੰਜਾਬ ਨਾਲ ਮੁਲਾਕਾਤ ਲਈ ਅਕਾਲੀ ਭਾਜਪਾ ਵਫਦ ਦੇ ਨਾਲ ਚੰਡੀਗੜ੍ਹ ਆਏ ਹੋਏ ਸਨ। ਇਤਨਾ ਬੜਾ ਹਾਦਸਾ, ਇਤਨਾ ਦੁਖਦਾਈ ਹਾਦਸਾ, ਸ਼੍ਰੀ ਅੰਮ੍ਰਿਤਸਰ ਸਾਹਿਬ ਸੇ ਸਾਥ ਸੰਬੰਧਿਤ ਜੋ ਗਰੀਬ ਲੋਕ ਥੇ ਉਨਕੇ ਸਾਥ ਯੇ ਸੰਬੰਧਿਤ ਹਾਦਸਾ ਹੈ ਤੋ ਕਿਆ ਸੰਦੇਸ਼ ਜਾ ਰਹਾ ਹੈ? ਇੰਟਰਨੈਸ਼ਨਲ ਲੀਡਰਸ, ਭਾਵੇਂ ਉਹ ਟਰੂਡੋ ਜੀ ਹੈ, ਚਾਹੇ ਵੋ ਪੁਟਿਨ ਸਾਹਿਬ ਹੈ, ਚਾਹੇ UN ਕੇ ਹੈਡ ਹੈ, ਅਲੱਗ ਅਲੱਗ ਲੋਕੋ ਨੇ ਕ੍ਰੋਸ ਦ ਬੋਰਡ ਇੰਟਰਨੈਸ਼ਨਲੀ ਨੈਸ਼ਨਲੀ ਸਭ ਨੇ ਇਸ ਇੰਸੀਡੈਂਟ ਕੋ ਕੰਡੈਮ ਕਰਾ ਹੈ। ਕਿਉਂ ਕਰਾ ਹੈ? ਕਿਉਂਕਿ ਇਤਨੀ ਬੜੇ ਪੱਧਰ ਪੇ ਕੀਮਤੀ ਜਾਨੇ ਜਾ ਚੁੱਕੀ ਹੈ। ਜੋ ਡੈਥ ਹੋਈ ਹੈ ਉਸਕੀ ਗਿਣਤੀ 61 ਪਹੁੰਚ ਗਈ ਹੈ। ਜੋ ਲੋਕਲ ਰੈਜੀਡੈਂਟ ਹੈ ਉਹ ਕਹਿ ਰਹੇ ਹੈ ਜੀ ਕਿ ਹਮਾਰੇ ਅਭੀ ਵੀ ਪ੍ਰਿਯਜਨ ਮਿਸਿੰਗ ਹੈ, ਉਸਕੇ ਬਾਰੇ ਸਰਕਾਰ ਕੁਛ ਨਹੀਂ ਕਰੀ। 150 ਸੇ ਜ਼ਿਆਦਾ ਹਸਪਤਾਲ ਮੇ ਇਲਾਜ ਚੱਲ ਰਿਹਾ। ਤੋ ਕਿਆ ਇਤਨੇ ਬੜੇ ਲੋਸ ਕੇ ਲਈ ਕੋਈ ਜ਼ਿੰਮੇਵਾਰ ਹੋਏਗਾ ਕਿ ਨਹੀਂ ਹੋਏਗਾ? ਸ਼ਾਇਦ ਪਹਿਲੀ ਵਾਰੀ ਹੋਇਆ ਹੈ ਕਿ ਇੰਟਰਨੈਸ਼ਨਲ ਪੱਧਰ ਪੇ ਕੰਡੈਮਨੇਸ਼ਨ ਹੋਈ ਹੈ, ਮਗਰ ਹਿੰਦੁਸਤਾਨ ਪੇ ਏਕ ਵਜ਼ੀਰ ਕੋ ਬਚਾਨੇ ਕੇ ਲੀਏ ਰਾਹੁਲ ਗਾਂਧੀ ਕਾ ਸਾਰਾ ਜ਼ੋਰ ਲੱਗ ਗਿਆ ਹੈ, ਇਹ ਆਪਣੇ ਵਜ਼ੀਰ ਕੋ ਬਚਾਨੇ ਕੇ ਲੀਏ ਕਿ ਪਰਚਾ ਨਹੀਂ ਦਰਜ ਹੋ ਰਹਾ। ਜੋ ਮੇਰੇ ਕੋ ਅੰਦਰ ਸੇ ਬਤਾਇਆ ਜਾ ਰਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਜੀ ਇਹ ਪਹਿਲੇ ਤੋਂ ਆਉਣਾ ਨਹੀਂ ਚਾਹਤੇ ਥੇ ਵਹਾਂ ਪੇ, ਕਿ ਕਿਆ ਜਵਾਬ ਦੇਂਗੇ ਗਰੀਬ ਲੋਕੋ ਕੋ, ਸ਼੍ਰੀ ਅੰਮ੍ਰਿਤਸਰ ਸਾਹਿਬ ਕੇ ਲੋਕੋ ਕੋ ਕਿਆ ਬੋਲੇਂਗੇ ਕਿ ਇਤਨਾ ਬੜਾ ਹਾਦਸਾ ਹੋ ਗਿਆ, ਬਗੈਰ ਪਰਮਿਸ਼ਨ ਕੇ ਪ੍ਰੋਗਰਾਮ ਹੋ ਗਿਆ, ਸਿਰਫ ਮਿਸਟਰ ਔਰ ਮਿਸਿਸ ਸਿੱਧੂ ਕੋ ਖੁਸ਼ ਕਰਨੇ ਕੇ ਲਈ ਹੋ ਗਿਆ, ਮੈਂ ਜਾ ਕੇ ਵਹਾਂ ਕਿਆ ਬੋਲੂੰਗਾ? ਮਗਰ ਉਨਕੋ ਮਜਬੂਰ ਕੀਆ ਗਿਆ, ਵੋ ਆਏ ਔਰ ਸਾਥ ਕੀ ਸਾਥ ਪੰਜਾਬ ਛੋੜ ਕੇ ਚਲੇ ਗਏ, ਬਿਕੋਜ਼ ਵੋ ਵੀ ਬੜੇ ਅਨਕੰਫਰਟੇਬਲ ਥੇ ਕਿ ਮੈਂ ਜਸਟੀਫਾਈ ਕੈਸੇ ਕਰ ਸਕਤਾ ਹੂੰ ਇਤਨੇ ਬੜੇ ਇੰਸੀਡੈਂਟ ਕੋ, ਇਤਨੇ ਬੜੇ ਲੈਪਸ ਕੋ। ਔਰ ਕੱਲ ਆਪਣੇ ਦੇਖਾ ਹੈ ਜੋ ਗਰੀਬ ਲੋਕ ਮਹਿਸੂਸ ਕਰ ਰਹੇ ਹਮਕੋ ਇਨਸਾਫ ਨਹੀਂ ਮਿਲ ਰਹਾ, ਸੋ ਪ੍ਰੋਟੈਸਟ ਕਰ ਰਹੇ ਥੇ। ਸੁਪਰੀਮ ਕੋਰਟ ਕਹਤਾ ਪ੍ਰੋਟੈਸਟ ਕੋਈ ਕਰ ਸਕਤਾ ਹੈ, ਉਨਪੇ ਉਨਕੇ ਸਾਥ ਜੋ ਬਦਸਲੂਕੀ ਹੋਈ ਉਨਕੇ ਉੱਪਰ 307 ਕਾ ਪਰਚਾ ਦੇ ਦਿਆ। ਜਿਨ੍ਹੋਂ ਨੇ ਹਾਦਸਾ ਕਰਵਾਇਆ, ਆਫਟਰ ਆਲ ਨਵਜੋਤ ਸਿੰਘ ਸਿੱਧੂ ਕੇ ਹਲਕੇ ਮੇ ਕੋਈ ਕਾਉਂਸਲਰ ਆਪਣੀ ਮਰਜ਼ੀ ਸੇ ਨਹੀਂ ਮਨਾ ਸਕਤਾ ਥਾ, ਯੇ ਉਸਨੇ ਅਗਰ ਮਨਾਇਆ ਤੋ ਮਿਸਿਸ ਸਿੱਧੂ ਔਰ ਮਿਸਟਰ ਸਿੱਧੂ ਕੀ ਸਹਿਮਤੀ ਸੇ ਪ੍ਰੋਗਰਾਮ ਮਨਾਇਆ। ਵੋ ਲਿਖ ਕੇ ਦੇ ਰਿਹਾ ਹੈ ਕਿ ਮੇਰੇ ਪ੍ਰੋਗਰਾਮ ਮੇ ਚੀਫ ਗੈਸਟ ਨਵਜੋਤ ਸਿੰਘ ਸਿੱਧੂ ਔਰ ਮਿਸਿਸ ਸਿੱਧੂ ਹੋਏਗੇ, ਵੋ ਔਨ ਮੈਟਰ ਆਫ ਰਿਕਾਰਡ ਹੈ। ਕਮਿਸ਼ਨਰ ਜਗ੍ਹਾ ਹੈ ਕਾਰਪੋਰੇਸ਼ਨ ਕੀ, ਕਮਿਸ਼ਨਰ ਕਹਿ ਰਹੀ ਹੈ, ਮੇਅਰ ਕਹਿ ਰਹੇ, ਸੀਨੀਅਰ ਡਿਪਟੀ ਮੇਅਰ ਕਹਿ ਰਹੇ, ਜੋ ਕਾਂਗਰਸ ਕੀ ਕੋਈ ਪਰਮਿਸ਼ਨ ਨਹੀਂ। ਔਰ ਆਪ ਫਿਰ ਵੋ ਪ੍ਰੋਗਰਾਮ ਹੋਏ, ਫਿਰ ਕੱਲ੍ਹ ਮਿੱਠੂ ਨੇ ਵਹੀ ਬਾਤੇ ਦੁਹਰਾਈ ਜੋ ਸਿੱਧੂ ਨੇ ਦੁਹਰਾਈਆਂ। ਮੇਰੇ ਹਿਸਾਬ ਸੇ ਤੋ ਜੈਸੇ ਵੋ ਸਿੱਧੂ ਨੇ ਉਸਕੋ ਟਿਊਟਰ ਕਰਾ ਥਾ ਕਿ ਉਸਨੇ ਵੀ ਬੋਲਾ ਯੇ ਕੁਦਰਤ ਕਾ ਕਹਿਰ ਹੈ, ਕਾਉਂਸਲਰ ਵੀ ਵਹੀ ਬਾਤੇ ਬੋਲ ਰਿਹਾ, ਮੀਆਂ ਮਿੱਠੂ ਬਣ ਕੇ ਵਹੀ ਦੁਹਰਾ ਰਿਹਾ ਬਾਤੇ ਯੇ। ਔਰ ਇਸ ਹਾਲਾਤ ਮੇ ਜੋ ਅਬ ਆ ਰਹਾ ਹੈ ਸਾਹਮਣੇ, ਜੋ ਮੇਰੇ ਕੋ ਅੰਮ੍ਰਿਤਸਰ ਕੇ ਲੋਕ ਬਤਾ ਰਹੇ ਹੈ ਕਿ ਯੇ ਨਵਜੋਤ ਸਿੰਘ ਸਿੱਧੂ ਕੇ ਘਰ ਮੇ ਛੁਪਾ ਹੈ, ਕਿਉਂਕਿ ਜਿਸ ਗਾੜੀ ਮੇ ਵੋ ਨਿਕਲਾ ਉਸ ਗਾੜੀ ਮੇ ਗਨਮੈਨ ਆਗੇ ਬੈਠਾ ਥਾ। ਅਬ ਮਿੱਠੂ ਕੇ ਪਾਸ ਤੋ ਗਨਮੈਨ ਹੈ ਨਹੀਂ, ਤੋ ਇਸ ਤਰੀਕੇ ਕਾ ਕਵਰ ਅਪ ਕਰਿਆ ਜਾ ਰਿਹਾ ਉਸਕੋ ਕਿਉਂ ਉਸਕੋ, ਕਿਉਂਕਿ ਇਨਕੋ ਵੀ ਪਤਾ ਹੈ ਕਿ ਜਬ ਵੋ ਸਾਹਮਣੇ ਆਏਗਾ ਤੋ ਬਤਾਏਗਾ ਸਾਰੀ ਬਾਤੇ ਔਰ ਫਿਰ ਯੇ ਫਸੇਂਗੇ। ਅਬ ਉਸਕੋ ਇਧਰ ਉਧਰ ਇਸਕੋ ਆਪਣੇ ਘਰ ਪੇ ਛੁਪਾ ਕੇ ਰੱਖਾ ਕਿ ਵਹਾਂ ਪੇ ਕੌਣ ਰੇਡ ਕਰ ਦੇਗਾ। ਫਿਰ ਆਪ ਦੇਖੋ ਕਿ ਜੋ ਪ੍ਰੋਟੈਸਟਰਸ ਹੈ ਵੋ ਅਗਰੀਬ ਪਾਰਟੀ ਹੈ, ਵੋ ਦੁਖੀ ਹੈ, ਕਿਸੀ ਨੇ ਆਪਣੇ ਬੱਚੇ ਕੋ ਗਵਾ ਲਿਆ, ਕਿਸੇ ਨੇ ਬੱਚੀ ਕੋ ਗਵਾ ਲਿਆ, ਕਿਸੀ ਕਾ ਸਾਰਾ ਪਰਿਵਾਰ ਖਤਮ ਹੋ ਗਿਆ, ਕਿਸੀ ਕਾ ਇੱਕ ਛੋਟਾ ਸਾ ਬੱਚਾ ਰਹਿ ਗਿਆ। ਔਰ ਇੱਕ ਸਾਈ ਔਰ ਇਹ ਕੈਂਡਲ ਮਾਰਚ ਕਰ ਰਹੇ ਹੈ ਜੋ ਪਰਪਟਰੇਟਰਸ ਹੈ, ਜਿਨ੍ਹੋਂ ਕੇ ਇਹ ਹਾਦਸਾ ਜਿਨਕੇ ਕਾਰਨ ਇਹ ਵਾਪਰਾ, ਜੋ ਜਿਨਕੇ ਕਾਰਨ ਇਤਨੀ ਬੜੀ ਲੋਸ ਆਫ ਲਾਈਫ ਹੋਈ, ਜਿਨਕੋ ਬਚਾਨੇ ਕੇ ਲੀਏ ਰਾਹੁਲ ਗਾਂਧੀ ਕੇ ਇਸ਼ਾਰੇ ਮੇ ਸਾਰੀ ਕਾਂਗਰਸ ਉਧਰ ਜਾ ਕੇ ਕੈਂਡਲ ਮਾਰਚ ਕਰ ਰਹੇ ਔਰ ਕੈਂਡਲ ਮਾਰਚ ਹੱਸਦੇ ਹੋਏ ਕਰ ਰਹੇ, ਕਿਆ ਇਸੇ ਬੜਾ ਦੁਖਦਾਈ ਸ਼ੇਮਫੁਲ ਐਕਟ ਔਰ ਇਨਕੇ ਦਿਲ ਮੇ ਕਿਤਨਾ ਦਰਦ ਹੈ ਉਨ ਗਰੀਬੋ ਕੇ ਲੀਏ, ਯੇ ਇਸ ਬਾਤ ਸੀ ਸਪਸ਼ਟ ਹੋ ਜਾਤਾ, ਨਹੀਂ ਤੋ ਕੋਈ ਕੈਂਡਲ ਮਾਰਚ ਨਾ ਕਰਤਾ। ਗੁਨੇਗਾਰ ਲੋਕ ਕੈਂਡਲ ਮਾਰਚ ਨਹੀਂ ਕਰਤੇ, ਔਰ ਅਗਰ ਕਰਤੇ ਤੋ ਕੋਈ ਦਰਦ ਦਿਖਾਤੇ, ਕੋਈ ਸੰਵੇਦਨਸ਼ੀਲ ਹੋਤੇ, ਮਗਰ ਉਹ ਤੋ ਐਸੇ ਹੱਸ ਰਹੇ ਥੇ ਜੈਸੇ ਬਹੁਤ ਬੜੀਆ, ਹਮਨੇ ਤੋ ਸਾਰਾ ਅਟੈਂਸ਼ਨ ਹੀ ਡਾਇਵਰਟ ਕਰ ਲਿਆ, ਹਮਨੇ ਮਿੱਠੂ ਕੋ ਵੀ ਬਚਾ ਲਿਆ ਆਪਣੇ ਕੋ, ਹਮਨੇ ਆਪਣੀ ਘਰਵਾਲੀ ਕੋ ਵੀ ਬਚਾ ਲਿਆ ਸਿੱਧੂ ਜੀ ਨੇ, ਔਰ ਆਪਣੇ ਆਪ ਕੋ ਵੀ ਬਚਾ ਲਿਆ, ਔਰ ਸਾਰੀ ਕਾਂਗਰਸ ਇੱਕ ਰਾਹੁਲ ਗਾਂਧੀ ਪੇ ਇਸ਼ਾਰੇ ਪੇ। ਵੈਸੇ ਗਰੀਬੋ ਕੀ ਬਾਤ ਕਰੇਂਗੇ, ਮਗਰ ਜਬ ਗਰੀਬੋ ਕੋ ਇਨਸਾਫ ਦੇਨੇ ਕੀ ਬਾਤ ਆਏਗੀ, ਸ਼ਾਇਦ ਇਤਿਹਾਸ ਮੇ ਪਹਿਲੀ ਵਾਰੀ ਹੁਆ ਹੈ
कि इतना बड़ा हादसा होया हुआ हो और उनका इंसाफ या कोई पर्चे की कार्रवाई आज तक नहीं हो रही। इन बातों का दुख है। ये सब बातें हम आज गवर्नर साहब के पास लेके आए हैं।